ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਨੇ ਬਹੁਤ ਭਾਰੀ ਪਾਰ ਉਪਕਾਰ ਕੀਤਾ ਹੈ। ਸਤਿਕਾਰਯੋਗ ਪੂਜਨੀ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਦਾ ਸ਼ਹੀਦੀ ਅਸਥਾਨ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਗੁਰਮੁਖ ਪਿਆਰਿਆਂ ਅਤੇ ਸਤਿਗੁਰਾਂ ਨੇ ਮਿਹਰਾਨ ਕਰਕੇ ਜੋ ਪਾਵਨ ਅਸਥਾਨ 'ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ, ਔਰ ਅੱਜ ਜਿਹੜੇ ਸੋਨੇ ਦੀਆਂ ਜੋੜੀ ਸੀਗੀ ਉਹ ਚੜ੍ਹਾਈ ਗਈ ਹੈ, ਸਿੱਖ ਦਰਵਾਜ਼ਾ ਉਹ ਚੜ੍ਹਾਇਆ ਗਿਆ। ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ, ਸੰਗਤਾਂ ਜੁੜੀਆਂ ਨੇ, ਸਤਿਗੁਰੂ ਮਿਹਰ ਕਰਨ, ਸਮੁੱਚੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਸੇਵਾਵਾਂ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੇ ਸਥਾਨ 'ਤੇ ਭੋਰਾ ਸਾਹਿਬ ਦੇ ਜਿਹੜੇ ਚਾਰ ਦਰਵਾਜ਼ੇ ਨੇ ਉਹਨਾਂ ਚਾਰਾਂ ਦੀ ਅੱਜ ਜਿਹੜੀ ਸੋਨੇ ਦੀ ਸੇਵਾ ਹੈ ਉਹ ਅੱਜ ਸਮਾਪਤ ਹੋਈ ਹੈ। ਚਾਰੇ ਦਰਵਾਜ਼ੇ ਨੇ ਜਿਹੜੀ ਸੰਗਤ ਦੇ ਰੂਪ ਵਿੱਚ ਲੋਕਾਂ ਨੇ, ਸੁਸਾਇਟੀਜ਼ ਨੇ ਆਪ ਯੋਗਦਾਨ ਪਾ ਕੇ ਜਿਹੜਾ ਲੱਕੜ ਦੇ ਉੱਪਰ ਸੋਨੇ ਦਾ ਪੱਤਰਾ ਚਾੜਿਆ ਅਤੇ ਅੱਜ ਉਹਦੀ ਸਮਾਪਤੀ ਹੋਈ ਹੈ। ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਵੀਰ ਸਿੰਘ ਜੀ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਉਹਨਾਂ ਨੇ ਆ ਕੇ ਅਰਦਾਸ ਕਰਾ ਕੇ ਜਿਹੜਾ ਦਰਵਾਜ਼ਾ ਉਹਦੀ ਉਹ 'ਚ ਫਿੱਟ ਕੀਤਾ ਔਰ ਸਮਾਪਤੀ ਅੱਜ ਜਿਹੜੀ ਅਰਦਾਸ ਕਰਕੇ ਹੋਈ।
ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਭੋਰਾ ਸਾਹਿਬ ਵਿਖੇ ਸੋਨੇ ਦੇ ਦਰਵਾਜ਼ਿਆਂ ਦੀ ਸੰਗਤ ਵੱਲੋਂ ਸੇਵਾ ਕੀਤੀ ਗਈ। ਸਮੁੱਚੀਆਂ ਸੰਗਤਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਹੈ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਅਤੇ ਕੇਸਗੜ੍ਹ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਇਹਨਾਂ ਨੇ ਵੀ ਅੱਜ ਆਪਣੀ ਜਿਹੜੀ ਹਾਜ਼ਰੀ ਇੱਥੇ ਗਾਈ ਹੈ। ਮੈਂ ਸਮੁੱਚੀਆਂ ਸੰਗਤਾਂ ਦਾ ਕੁੱਟਣ-ਕੁੱਟ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਕਿ ਇਸੇ ਤਰੀਕੇ ਨਾਲ ਸੰਗਤਾਂ ਸੇਵਾ ਕਰਦੀਆਂ ਰਹਿਣ ਔਰ ਗੁਰੂ ਦਾ ਆਸ਼ੀਰਵਾਦ ਲੈਂਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।